ਗੁਰੂ ਦੀ ਨਗਰੀ ਸਵਾਦ ਦੀ ਨਗਰੀ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਮੈਂ ਦੀਪਕ ਕੁਮਾਰ ਅੱਜ ਇੱਕ ਨਵੀਂ ਐਪੀਸੋਡ ਦੇ ਵਿੱਚ ਇੱਕ ਨਵੇਂ ਜ਼ਾਇਕੇ ਇੱਕ ਨਵੇਂ ਸਵਾਦ ਦੀ ਤਲਾਸ਼ ਦੇ ਵਿੱਚ ਨਿਕਲਿਆ ਅਤੇ ਮੈਂ ਇਸ ਸਮੇਂ ਆਪਣੀ ਮੰਜ਼ਿਲ ਦੇ ਬਿਲਕੁਲ ਬਾਹਰ ਮੇਰੀ ਅੱਜ ਦੀ ਜਿਹੜੀ ਮੰਜ਼ਿਲ ਆ ਉਹ ਹੈਗੀ ਆ ਤਾਰਾ ਚੰਦ ਪਨੀਰ ਭੁਰਜੀ ਤਾਰਾ ਚੰਦ ਸੈਂਡਵਿਚ ਵਾਲੇ ਅਤੇ ਅੱਜ ਅਸੀਂ ਇੱਥੇ ਚੱਖਾਂਗੇ ਦੋ ਡਿਫਰੈਂਟ ਸਵਾਦ ਰਿਕਮੈਂਡੇਸ਼ਨਸ ਤੁਸੀਂ ਦੱਸੀਆਂ ਸੀ ਫਸਟਲੀ ਸੈਂਡਵਿਚ ਅਤੇ ਸੈਕਿੰਡ ਜਿਹੜਾ ਪਨੀਰ ਭੁਰਜੀ ਸਪੈਸ਼ਲ ਪਨੀਰ ਭੁਰਜੀ ਤਾਂ ਚਲੋ ਚੱਲਦੇ ਹਾਂ ਅੰਦਰ ਅਤੇ ਚੱਖਦੇ ਹਾਂ ਇਹ ਦੋ ਸਵਾਦ ਅੰਮ੍ਰਿਤਸਰ ਵਾਕਿੰਗ ਟੂਰ ਦੇ ਨਾਲ ਆ ਜਾਓ ਮੇਰੇ ਨਾਲ ਨਮਸਕਾਰ ਭਾਅ ਜੀ ਨਮਸਤੇ ਭਾਅ ਜੀ ਕੀ ਨਾਮ ਆਪਣਾ ਬਹੁ ਕਮਲ ਕੁਮਾਰ ਕਮਲ ਜੀ ਕੰਮ ਜਿਹੜਾ ਵਾ ਤੁਹਾਡੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਤੁਹਾਨੂੰ ਕਾਫੀ ਪੁਰਾਣਾ ਮੈਂ ਵੀ ਜਾਣਦਾ ਭਾਅ ਜੀ ਦਾ ਸੁਭਾਅ ਵੀ ਨੇਚਰ ਵੀ ਬਹੁਤ ਵਧੀਆ ਭਾਅ ਜੀ ਕਦੋਂ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ 83-84 ਦੇ ਵਿੱਚ ਨਹੀਂ 35-36 ਸਾਲ ਉਹਨਾਂ ਨੂੰ ਹੋ ਚੁੱਕੇ ਨੇ ਭਾਅ ਜੀ ਆਪਣੇ ਕੋਲ ਕਿਹੜੀ ਕਿਹੜੀ ਆਈਟਮ ਹੁੰਦੀ ਹੈ ਫੂਡ ਆਈਟਮ ਇੱਥੇ ਹੁੰਦੀ ਹੈ ਪਨੀਰ ਭੁਰਜੀ ਹੁੰਦੀ ਹੈ ਸੈਂਡਵਿਚ ਹੁੰਦਾ ਫਰਾਈ ਪਨੀਰ ਭੁਰਜੀ ਅਤੇ ਸੈਂਡਵਿਚ ਹੁੰਦਾ ਜ਼ਿਆਦਾ ਲੋਕ ਕੀ ਪਸੰਦ ਕਰਦੇ ਨੇ ਦੋਨੋਂ ਹੀ ਪਸੰਦ ਕਰਦੇ ਨੇ ਹਾਂਜੀ ਦੋਨੇ ਜ਼ਿਆਦਾ ਪਨੀਰ ਭੁਰਜੀ ਜ਼ਿਆਦਾ ਪਨੀਰ ਭੁਰਜੀ ਭਾਅ ਜੀ ਇੱਦਾਂ ਦਾ ਆਪਾਂ ਕੀ ਅਲੱਗ ਪਾਉਂਦੇ ਹਾਂ ਕਿ ਜਿਹੜਾ ਸਵਾਦ ਲੋਕਾਂ ਨੂੰ ਹੋਰ ਕਿਤੇ ਨਹੀਂ ਮਿਲਦਾ ਅਤੇ ਦਿੱਲੀ ਬੰਬਈ ਜਿਹੜਾ ਵੀ ਟੂਰਿਸਟ ਇੱਥੇ ਆਉਂਦਾ ਤੁਹਾਨੂੰ ਲੱਭਦਾ ਲੱਭਦਾ ਆ ਜਾਂਦਾ ਬਸ ਬਟਰ ਹੁੰਦਾ ਅਮੂਲ ਬਟਰ 'ਚ ਬਣਦੀ ਆ ਜੀ ਚੀਜ਼ਾਂ ਸਹੀ ਪਾਈ ਦੀਆਂ ਵਧੀਆ ਕਰੀਮ ਹੁੰਦੀ ਨਾਲ ਬੇਸਨ ਹੁੰਦਾ ਬੇਸਨ ਠੀਕ ਹੈ ਭਾਅ ਜੀ ਕੀ ਪ੍ਰਾਈਸ ਕੀ ਹੈ ਇਹਦਾ 130 ਹੈ 130 ਰੁਪਏ ਜਦੋਂ ਸ਼ੁਰੂ ਕੀਤਾ ਸੀ ਪਾਪਾ ਨੇ ਫਾਦਰ ਸਾਹਿਬ ਨੇ ਉਦੋਂ ਕਿੰਨਾ ਸੀ 25 ਰੁਪਏ ਦਾ ਉਦੋਂ 25 ਰੁਪਏ ਆ ਟਾਈਮਿੰਗਸ ਕੀ ਆ ਤੁਹਾਡੇ ਇੱਥੇ ਦੇ ਇੱਥੇ ਟਾਈਮ 9-10 ਵਜੇ ਦੇ ਸਵੇਰ ਦੇ ਰਾਤੀ 9 ਵਜੇ ਤੱਕ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਕੋਈ ਛੁੱਟੀ ਭਾਅ ਜੀ ਨਹੀਂ ਕੋਈ ਕੋਈ ਛੁੱਟੀ ਨਹੀਂ ਭਾਅ ਜੀ ਸੈਂਡਵਿਚ ਵੀ ਮੈਂ ਖਾਵਾਂਗਾ ਉਹ ਤੋਂ ਪਹਿਲਾਂ ਸਪੈਸ਼ਲ ਪਨੀਰ ਦੇ ਭੁਰਜੀ ਮੈਨੂੰ ਪਲੀਜ਼ ਖਵਾਓ ਭਾਅ ਜੀ ਅਮੂਲ ਇਹ ਪਾਤਾ ਭਾਅ ਜੀ ਨੇ ਅਮੂਲ ਅਮੂਲ ਦਾ ਬਟਰ ਭਾਅ ਜੀ ਹੋਰ ਪਾਉਣ ਲੱਗੇ ਨੇ ਅਮੂਲ ਬਟਰ ਜਿਹਨੂੰ ਜਿਹਨੂੰ ਚੰਗਾ ਲੱਗਦਾ ਨਾ ਮੇਰੇ ਦੋਸਤ ਨੂੰ ਉਹ ਕਮੈਂਟ ਵਿੱਚ ਜ਼ਰੂਰ ਦੱਸਿਓ ਭਾਅ ਜੀ ਇੱਕ ਪਲੇਟ ਹੀ ਬਣਨ ਜਾ ਰਹੀ ਹੈ ਦੋਸਤੋ ਲੁੱਕ ਐਟ ਦਾ ਕੁਆਂਟਿਟੀ ਆਫ ਬਟਰ ਔਰ ਇਹ ਸਿਰਫ ਇੱਕ ਪਲੇਟ ਦੀ ਪਿਆ ਹੈ ਉਹਦੇ 'ਚ ਭਾਅ ਜੀ ਨੇ ਪਾ ਦਿੱਤਾ ਭਾਅ ਜੀ ਕਿ ਪਿਆਜ਼ ਅਦਰਕ ਅਦਰਕ ਹਰੀ ਮਿਰਚ ਔਰ ਇਹ ਭਾਅ ਜੀ ਪਾਉਣ ਲੱਗੇ ਵਿੱਚ ਟਮਾਟਰ ਭਾਜੀ ਇਹ ਕੀ ਜਿਹੜਾ ਪਾਇਆ ਤੁਸੀਂ ਬੇਸਨ ਬੇਸਨ ਦੋਸਤੋ ਮੇਰਾ ਔਡਰ ਰੈਡੀ ਹੈ ਸਪੈਸ਼ਲ ਪਨੀਰ ਭੁਰਜੀ ਦਾ ਲੁਕਸ ਔਸਮ ਦੇਖਣ ਵਿੱਚ ਤਾਂ ਯਾਰ ਲਾਜਵਾਬ ਔਸਮ
ਬਹੁਤ ਵਧੀਆ। ਚਲੋ ਫਿਰ ਖਾਂਦੇ ਹਾਂ, ਗੱਲਾਂ ਨੂੰ ਕਰਦੇ ਹਾਂ ਖਤਮ, ਸਵਾਦ ਨੂੰ ਚੱਖਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਦਾ ਇਹ ਸਵਾਦ ਸਪੈਸ਼ਲ ਪਨੀਰ ਭੁਰਜੀ ਦਾ। ਆ ਜਾਓ ਮੇਰੇ ਨਾਲ। ਮੇਰੀ ਬਾਈਟ ਰੈਡੀ ਆ ਜੀ। अगेन दिस इज़ अमेजिंग फूड, इतना हेल्दी फूड है, इतना टेस्टी फूड है। नॉर्मली जो हेल्दी फूड होता है इतना टेस्टी नहीं होता है, और जो टेस्टी फूड होता है वो इतना हेल्दी नहीं होता है, लेकिन ये जो वाला फूड है ये टेस्टी भी है, हेल्दी भी है। क्वांटिटी ऑफ बटर आपने शुरू में देखी कितना इन्होंने किया, और मसाले का अपना ये यूज़ करते हैं, साथ में ये आप भाई साहब बेसन इसमें डालते हैं, तो कहीं ना कहीं जो उसका अलग से एक जो स्वाद है वो उभर के आ रहा है। तो अमेजिंग फूड है यार, यू विल डेफिनेटली लव इट। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਗੁਰਮੀਤ ਕੌਰ। ਮੈਡਮ ਜੀ, ਕਿੰਨੇ ਚਿਰ ਤੋਂ ਤੁਸੀਂ ਹੁਣੇ ਮੈਨੂੰ ਦੱਸਿਆ ਕਿ ਤੁਸੀਂ ਇੱਥੋਂ ਖਾਧੀ, ਕਿੱਦਾਂ ਦਾ ਲੱਗਾ ਤੁਹਾਨੂੰ ਸਵਾਦ? ਬਹੁਤ ਜ਼ਿਆਦਾ ਟੇਸਟ, ਫੇਮਸ, ਬਹੁਤ ਜ਼ਿਆਦਾ ਅੰਮ੍ਰਿਤਸਰ 'ਚ ਸਭ ਤੋਂ ਵਧੀਆ ਦੁਕਾਨ ਇੱਥੇ ਆ, ਖਾਣ ਪੀਣ 'ਚ ਵੀ ਔਰ ਸਾਫ਼ ਸੁਥਰੀ ਵੀ ਜੀ, ਅਤੇ ਰੇਟ ਵੀ ਬਿਲਕੁਲ ਜਾਇਜ਼ ਹੈ ਇੱਥੇ। ਅੱਛਾ, ਤੁਸੀਂ ਕਿੰਨੇ ਚਿਰ ਬਾਅਦ ਖਾ ਲੈਂਦੇ ਹੋ ਇੱਥੇ? ਅਸੀਂ ਜੀ ਹਫ਼ਤੇ 'ਚ ਦੋ ਤਿੰਨ ਵਾਰੀ ਆ ਹੀ ਜਾਂਦੇ ਹਾਂ ਭੁੰਨਾ ਮਾਰ ਕੇ, ਬੱਚਿਆਂ ਦੇ ਨਾਲ ਆ ਜਾਈਦਾ ਘੁੰਮਣ। ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ ਗੱਲ ਕਰਨ ਦੀ। ਵਧੀਆ ਭਾਅ ਜੀ, ਸੈਂਡਵਿਚ ਭਾਅ ਜੀ ਖਵਾ ਦਿਓ ਇੱਕ ਵਧੀਆ ਜਿਹਾ। ਤਾਂ ਭਾਅ ਜੀ ਨੂੰ ਮੈਂ ਕਹਿ ਦਿੱਤਾ ਕਿ ਭਾਅ ਜੀ ਇੱਕ ਸੈਂਡਵਿਚ ਵਧੀਆ ਜਿਹਾ ਲਗਾ ਦਿਓ, ਤਾਂ ਆਓ ਕੈਪਚਰ ਕਰਦੇ ਹਾਂ ਆਪਣੀ ਵੀਡੀਓ ਨਾਲ ਕਿ ਭਾਅ ਜੀ ਕਿੱਦਾਂ ਬਣਾਉਂਦੇ ਨੇ ਸੈਂਡਵਿਚ। ਇਹ ਕੀ ਹੈ ਸਰ? ਚਨੇ। ਅੱਛਾ, ਛੋਲੇ। ਓਕੇ ਗ੍ਰੇਟ। ਸੋ ਜੀ, ਸੈਂਡਵਿਚ ਤਿਆਰ ਹੋਣ ਲੱਗਾ ਹੈ। ਸਭਸੇ ਪਹਿਲਾਂ ਇਹਨਾਂ ਨੇ ਬ੍ਰੈਡ ਕੇ ਉੱਪਰ ਜੋ ਚਨੇ ਹੈ, ਛੋਲੇ ਹੈ, ਉਹ ਲਗਾ ਦੀਏ। ਅਭੀ ਟਮਾਟਰ। ਇਹ ਆ ਗਿਆ ਭਾਅ ਜੀ ਪਨੀਰ। ਲੁੱਕ ਐਟ ਦਾ ਕੁਆਂਟਿਟੀ ਆਫ ਪਨੀਰ, ਚੀਜ਼ ਉੱਤੇ ਪਾ ਤੇ ਭਾਅ ਜੀ, ਅਨੀਅਨ, ਪਿਆਜ਼, ਔਰ ਇਹ ਕੀ ਭਾਅ ਜੀ ਉੱਪਰ ਕੀ ਲਾਇਆ? ਅਦਰਕ। ਅਦਰਕ। ਇਹ ਆ ਗਿਆ ਧਨੀਆ। ਧਨੀਆ, ਹਰੀ ਮਿਰਚ। ਧਨੀਆ ਅਤੇ ਹਰੀ ਮਿਰਚ। ਲੁੱਕ ਐਟ ਦਾ ਕੁਆਂਟਿਟੀ ਆਫ ਬਟਰ। ਓ ਵਾਹ, ਇਹ ਭਾਅ ਜੀ ਇੱਕ ਸੈਂਡਵਿਚ ਲਈ ਇੰਨਾ ਪਾਉਂਦੇ ਪਏ ਹੋ? ਵਾਹ। और ये जी चला गया सैंडविच फ्राई होने के लिए। वाओ, कितना चिर भाजी इन करते गर्म? Look at the color of bread. It's amazing. ਯਾਰ ਇੱਦਾਂ ਦਾ ਸੈਂਡਵਿਚ ਮੈਂ ਪਹਿਲਾਂ ਕਦੀ ਨਹੀਂ ਖਾਧਾ, ਕਾਰਨ ਆ ਇੰਨਾ ਜ਼ਿਆਦਾ ਵਿੱਚ ਮੱਖਣ ਪਾਇਆ ਗਿਆ ਜਦੋਂ ਇਹਨੂੰ ਬਣਾਇਆ ਗਿਆ, ਤਲਿਆ ਗਿਆ ਇਹਨੂੰ ਫਰਾਈ ਪੈਨ ਦੇ ਵਿੱਚ, ਤੁਸੀਂ ਦੇਖਿਆ ਕਿੰਨੀ ਕੁਆਂਟਿਟੀ ਵਿੱਚ ਪਾਇਆ ਗਿਆ। ਉਹ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਚੀਜ਼ ਜਿਹੜਾ ਵਿੱਚ ਪਨੀਰ ਲਾਇਆ ਉਹ ਵੀ ਬੜੀ ਜ਼ਿਆਦਾ ਕੁਆਂਟਿਟੀ ਵਿੱਚ ਸੀ। ਸੋ ਕਾਫੀ ਇੱਕ ਹੈਲਦੀ ਪੂਰਾ ਜਿਹਨੂੰ ਪੰਜਾਬੀ 'ਚ ਕਹਿੰਦੇ ਨਾ ਮਜ਼ਾ ਆ ਗਿਆ, ਉੱਦਾਂ ਦਾ ਇਹ ਫੂਡ ਆ।
ਜਿਹੜੀ ਭਾਈ ਨੇ ਚਟਨੀ ਦਿੱਤੀ ਹੈ ਨਾ ਨਾਲ ਖਾਸ ਤੌਰ 'ਤੇ ਜਿਹੜੀ ਪੁਦੀਨੇ ਵਾਲੀ ਅਮੇਜ਼ਿੰਗ ਦੋਸਤੋ ਇਹ ਸੀ ਮੇਰੀ ਅੱਜ ਦੀ ਐਪੀਸੋਡ ਐਪੀਸੋਡ ਦੇ ਨਾਲ ਹੀ ਮੈਨੂੰ ਇੱਕ ਭਾਈ ਸਾਹਿਬ ਮਿਲੇ ਨੇ ਭਾਅ ਜੀ ਆਪਣੇ ਸਬਸਕ੍ਰਾਈਬਰ ਨੇ ਭਾਅ ਜੀ ਕੀ ਨਾਮ ਆਪਣਾ ਮੇਰਾ ਅਨੂਪ ਸਿੰਘ ਲਹਿਰੀ ਅਨੂਪ ਸਿੰਘ ਲਹਿਰੀ ਲਹਿਰੀ ਭਾਅ ਜੀ ਨੇ ਔਰ ਭਾਅ ਜੀ ਵੀਡੀਓ ਦੇਖਦੇ ਹੋ ਆਪਣੀ ਠੀਕ ਲੱਗਦੀ ਹੈ ਚਲੋ ਭਾਅ ਜੀ ਨਾਲ ਮਿਲ ਕੇ ਬੜੀ ਖੁਸ਼ੀ ਜਦੋਂ ਇੱਦਾਂ ਦੇ ਮੇਰੇ ਯਾਰ ਦੋਸਤ ਜਾਂ ਵੱਡੇ ਭਾਈ ਮਿਲਦੇ ਨੇ ਬੜਾ ਵਧੀਆ ਲੱਗਦਾ ਕਿ ਯਾਰ ਜਿਹੜਾ ਆਪਾਂ ਕੰਮ ਕਰਦੇ ਪਏ ਹਾਂ ਚਲੋ ਲੋਕਾਂ ਨੂੰ ਵਧੀਆ ਲੱਗਦਾ ਸੋ ਦੋਸਤੋ ਇਹ ਸੀ ਮੇਰੀ ਅੱਜ ਦੀ ਐਪੀਸੋਡ ਐਪੀਸੋਡ ਤੁਹਾਨੂੰ ਚੰਗੀ ਲੱਗੀ ਹੋਵੇ ਐਕਚੁਲੀ ਮੈਂ ਜੂਸ ਵੀ ਭਾਅ ਜੀ ਕੋਲ ਕਰਾ ਲਿਆ ਭਾਅ ਜੀ ਜੂਸ ਬਹੁਤ ਵਧੀਆ ਤੁਹਾਡਾ ਸੋ ਇੱਥੇ ਆਓਗੇ ਪਨੀਰ ਭੁਰਜੀ ਵੀ ਖਾਇਓ ਅਤੇ ਨਾਲ ਨਾਲ ਭਾਈ ਸਾਹਿਬ ਦਾ ਜੂਸ ਵੀ ਪੀਓ ਬਹੁਤ ਵਧੀਆ ਜੂਸ ਬਣਾਉਂਦੇ ਭਾਅ ਜੀ ਔਰ ਯਾਰ ਮੌਸਮ ਲਾਜਵਾਬ ਹੋਇਆ ਪਿਆ ਬਾਰਿਸ਼ ਪੈਣ ਵਾਲੀ ਹੈ ਇਸ ਸਮੇਂ ਸੋ ਮੈਂ ਗੱਲ ਕਰਦਾ ਪਿਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਇੱਥੇ ਆਓਗੇ ਕਮੈਂਟ ਵਿੱਚ ਦੱਸਿਓ ਕਿੱਦਾਂ ਦਾ ਤੁਹਾਨੂੰ ਲੱਗੀ ਸਪੈਸ਼ਲ ਪਨੀਰ ਭੁਰਜੀ ਮੈਂ ਲੈਣਾ ਮਜ਼ਾ ਹੁਣ ਬਾਰਿਸ਼ ਦਾ ਤੁਸੀਂ ਵੀ ਬਾਰਿਸ਼ ਦਾ ਮਜ਼ਾ ਲਓ ਜੂਸ ਮੈਂ ਖਤਮ ਕਰਦਾ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਪਿਆਰ ਤੁਸੀਂ ਮੇਰੀ ਵੀਡੀਓ ਨੂੰ ਦਿੰਦੇ ਹੋ ਥੈਂਕ ਯੂ ਸੋ ਮੱਚ ਟਾਟਾ ਬਾਏ ਬਾਏ ਜੈ ਹਿੰਦ ਖਤਮ ਕਰਦਾ ਗਲਾਸ ਕਾਫੀ ਵੱਡਾ ਭਾਅ ਜੀ ਚਲੋ ਬਸ ਯਾਰ ਖਤਮ